ਰਾਣੇ ਦਾ ਬਾਬਾ ਤੇ ਨਿਆਜਾ ਤੇਰੇ ਨਾਂ ਦੀਆਂ ਬੰਡੀਆਂ ਪੀਰਾ ਢੋ ਕੇ ਬੇੜਾ ਬੰਨੇ ਲਾਈ ਅੰਦਰ ਲਾ ਕੇ ਰੱਬਲਾ ਦਰਸ਼ਨ ਦੇਣ ਵਾਲੇ ਦਾਤਾ ਜੀ ਦਾ।
ਜਿਹਦੇ ਪਵਨ ਕਦਮਾਂ ਦੇ ਵਿੱਚ ਜਿੰਨੀ ਵੀ ਤਮਾਮ ਸੰਗਤ ਹਾਜ਼ਰੀ ਭਰਨ ਵਾਸਤੇ ਪਹੁੰਚੀ ਹੈ ਤੁਹਾਨੂੰ ਸਾਰਿਆਂ ਨੂੰ ਦਾਤਾ ਸਰਕਾਰ ਦੇ ਮੁਬਾਰਕ ਮੇਲੇ ਦੀ ਬਿਲਕੁਲ ਲੱਖ ਲੱਖ ਮੁਬਾਰਕਬਾਦ ਹੈ ਜੀ ਦਾਤਾ ਜੀ ਦੇ ਉਰਸ ਦੀ ਲੱਖ ਲੱਖ ਮੁਬਾਰਕਬਾਦ ਹੈ ਔਰ ਦਾਤਾ ਜੀ ਦਾ ਪਾਕ ਸੁਨਤ ਸਰੂਪ ਬਿਲਕੁਲ ਸੱਚ ਚੁੱਕੇ ਹੈ ਇਹਨਾਂ ਪਾਕ ਕਦਮਾਂ ਨੂੰ ਨਮਨ ਕਰਦੇ ਹਾਂ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ ਸਹੀ ਸਲਾਮ ਕਰਦੇ ਹਾਂ ਕਿਉਂਕਿ ਕਹਿੰਦੇ ਆਨਾ ਤੇਰਾ ਮੁਬਾਰਕ ਤਸ਼ਰੀਫ ਲਾਣੇ ਵਾਲੇ ਕਿ ਆਨਾ ਤੇਰਾ ਮੁਬਾਰਕ ਤਸ਼ਰੀਫ ਲਾਣੇ ਵਾਲੇ ਖੁਸ਼ੀਆਂ ਮਨਾ ਰਹੇ ਹੈ ਤੇਰੇ ਦੇ ਚੜ੍ਹਨੇ ਵਾਲੇ ਔਰ ਦਾਦਾ ਸਰਕਾਰ ਨੂੰ ਕੋਟੀ ਕੋਟੀ ਪ੍ਰਣਾਮ ਹੈ ਸਾਹ ਸਾਹ ਦੇ ਨਾਲ ਸ਼ੁਕਰਾਨਾ ਕਰਦੇ ਮੇਰੇ ਮਾਲਕ ਦਾ ਜਿਹਨਾਂ ਨੇ ਆਪਾਂ ਨੂੰ ਚੁਣਿਆ ਜੇ ਮੇਰੀ ਸਰਕਾਰ ਨੇ ਆਪਾਂ ਨੂੰ ਬੁਲਾਇਆ ਤਾਂ ਹੀ ਆਪਾਂ ਚੱਲ ਕੇ ਇੱਥੇ ਤੱਕ ਪਹੁੰਚੇ ਤਾਂ ਹੀ ਇਸ ਦਰਬਾਰ ਦੇ ਵਿੱਚ ਹਾਜ਼ਰੀ ਭਰਨ ਵਾਸਤੇ ਪਹੁੰਚੇ ਨਹੀਂ ਤਾਂ ਬਹੁਤ ਸਾਰੇ ਬੇਮੁਕਦਰੀ ਲੋਕ ਐਸੇ ਵੀ ਨੇ ਜਿਹੜੇ ਇਸ ਸਮੇਂ ਵੀ ਹਸਪੀਟਲ ਦੇ ਬਿੱਡਾਂ ਤੇ ਪਏ ਹਾਏ ਹਾਏ ਕਰਦੇ ਹੋਣੇ ਪਰ ਸਿਰਫ ਔਰ ਸਿਰਫ ਦਾਤਾ ਸਰਕਾਰ ਦੀ ਕਰਮ ਨਵਾਜ਼ੀ ਹੈ ਉਹਨਾਂ ਨੇ ਆਪਾਂ ਨੂੰ ਬੁਲਾਇਆ ਤਾਂ ਆਪਾਂ ਪਹੁੰਚੇ ਔਰ ਇਸ ਲਈ ਕਿਸੇ ਉਰਦੂ ਦੇ ਸ਼ਾਹ ਨੇ ਬੜਾ ਖੂਬ ਲਿਖਿਆ ਕਿ ਆਪਣੇ ਦਰ ਪੇ ਕਿਸੇ ਕੋ ਬੁਲਾਣਾ ਜੇ ਵੀ ਸ਼ਾਮਲ ਹੈ ਤੇਰੀ ਰਜ਼ਾ ਮੇਂ